ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ SSP ਅਲਕਾ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦੋਂ CIA ਸਟਾਫ ਸਰਹੰਦ ਨੇ ਇੱਕ ਅਜਿਹੇ 4 ਮੈਂਬਰੀ ਛਾਤਰ ਗਿਰੋਹ ਦਾ ਪਰਦਾਫਾਸ਼ ਕੀਤਾ ਜੋ ਖੁਦ ਨੂੰ CIA ਸਟਾਫ ਦੇ ਮੁਲਾਜ਼ਮ ਦੱਸ ਕੇ ਪਿਛਲੇ ਕਈ ਸਾਲਾਂ ਤੋਂ ਲੁਧਿਆਣਾ, ਖੰਨਾ, ਗੋਬਿੰਦਗੜ੍ਹ ਅਤੇ ਸਰਹੰਦ ਏਰੀਏ ਦੇ ਵਿੱਚ ਦੁਕਾਨਦਾਰਾਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਜਬਰੀ ਪੈਸੇ ਵਸੂਲ ਕਰਦਾ ਸੀ। ਫਤਿਹਗੜ੍ਹ ਸਾਹਿਬ ਤੋਂ ਹਰਵਿੰਦਰ ਸਿੰਘ ਮੰਗਾ, ਆਜ਼ਾਦ TV ਨਿਊਜ਼। ਅਤੇ ਲੇਟਰ ਔਨ ਉਹਨਾਂ ਨੇ ਫਿਰ ਸਾਨੂੰ ਇੱਕ ਦਰਖਾਸਤ ਦਿੱਤੀ ਸੀਗੀ 23 ਨੂੰ ਕਿ ਸਾਡੇ ਨਾਲ ਐਵੇਂ ਕਰਕੇ ਗੱਲਬਾਤ ਹੋਈ ਹੈ, ਦੇਵਰ ਰਿਜ਼ਿਊਮ ਕਿ ਸ਼ਾਇਦ ਇਹ CIA ਦੇ ਹੀ ਮੁਲਾਜ਼ਮ ਹੋਣ, ਉਹਨਾਂ ਨੇ ਜੋ ਪੁੱਛਿਆ ਸੀਗਾ। ਅਤੇ ਬਾਅਦ ਦੇ ਵਿੱਚ ਜੋ ਸਾਡੀ CIA ਦੀ ਟੀਮ ਸੀਗੀ, ਸਾਡੇ CIA ਦੇ ਇੰਚਾਰਜ ਹਰਮਿੰਦਰ ਸਿੰਘ ਉਹਨਾਂ ਦੀ ਅਧੀਨ ਇਹ ਫਿਰ ਸਾਰੀ ਜਦੋਂ ਤਹਿਕੀਕਾਤ ਸ਼ੁਰੂ ਹੋਈ, ਇਸ ਦੇ ਦੌਰਾਨ ਫਿਰ ਸਾਨੂੰ ਇੱਕ ਹੋਰ ਗੋਬਿੰਦਗੜ੍ਹ ਦਾ ਸਿਮਦਰ ਸੀਗਾ ਜਿਹੜਾ ਕੇਸ ਸਾਹਮਣੇ ਆਇਆ ਕਿ ਉਹਨਾਂ ਦੇ ਕੋਲੋਂ ਵੀ ਇਹਨਾਂ ਨੇ ਐਵੇਂ ਦੀ ਕੁਛ ਡਿਮਾਂਡ ਵਗੈਰਾ ਕੀਤੀ ਸੀਗੀ ਜਿਹਦੀਆਂ ਕਿ ਤੁਹਾਨੂੰ ਅਸੀਂ ਉਹ ਡਾਟਾ ਵਗੈਰਾ ਵੀ ਪ੍ਰੋਵਾਈਡ ਕਰਾਂਗੇ। ਉਹਦੇ ਵਿੱਚ ਸਾਨੂੰ ਫਿਰ ਉੱਥੋਂ ਇੱਕ CCTV ਫੁਟੇਜ ਮਿਲ ਗਈ ਸੀਗੀ ਇਹਨਾਂ ਬੰਦਿਆਂ ਦੀ, ਗੋਬਿੰਦਗੜ੍ਹ ਵਾਲੀ ਜਿਹੜੀ ਦੁਕਾਨ ਹੈ ਉੱਥੋਂ। ਅਤੇ ਜਦੋਂ ਅਸੀਂ ਉਹ CCTV ਫੁਟੇਜ ਲਈ, CCTV ਫੁਟੇਜ ਦਾ ਫਿਰ ਜੋ ਸਾਡੀਆਂ ਕੰਪਲੇਂਟ ਸੀਗੀਆਂ ਉਹਨਾਂ ਦੇ ਜਿਹੜੇ ਕੰਪਲੇਨਰ ਸੀਗੇ ਉਹਨਾਂ ਤੋਂ ਫਿਰ ਜਦੋਂ ਆਈਡੈਂਟੀਫਿਕੇਸ਼ਨ ਵਗੈਰਾ ਹੋਈ ਅਤੇ ਉਹ ਬੰਦੇ ਸਾਨੂੰ ਟਰੇਸ ਆਊਟ ਹੋ ਗਏ ਕਿ ਇਹ ਬੰਦੇ ਕੌਣ ਹੈ, ਵੀ ਇਹ ਸੇਮ ਹੀ ਬੰਦੇ ਆ ਜਾਂ ਕਿਹੜੇ ਆ, ਤਾਂ ਉਹ ਸਾਨੂੰ ਬੰਦੇ ਟਰੇਸ ਹੋ ਗਏ। ਲੇਟਰ ਔਨ ਅਸੀਂ ਥਰੂ ਆਫ ਦੇ ਸੋਰਸ ਸੀਗੀ ਜਿਹੜੀ ਉਹਨਾਂ ਦੀ ਆਈਡੈਂਟੀਫਿਕੇਸ਼ਨ ਵੀ ਅਸੀਂ ਕਰ ਲਈ ਸੀਗੀ। ਅਤੇ ਉਹਨਾਂ ਨੇ ਇਹ ਵੀ ਦੱਸਿਆ ਸੀਗਾ ਕਿ ਉਹ ਇੱਕ ਸਿਲਵਰ ਰੰਗ ਦੀ ਸਵਿਫਟ ਕਾਰ ਦੇ ਵਿੱਚ ਆਏ ਸੀਗੇ ਜਿਹਦਾ ਨੰਬਰ ਕਿ ਅਸੀਂ ਤੁਹਾਨੂੰ ਆਲਰੇਡੀ ਪ੍ਰੋਵਾਈਡ ਕਰ ਚੁੱਕੇ ਹਾਂ। ਫਿਰ ਨੈਕਸਟ ਡੇ ਅਸੀਂ ਕੱਲ੍ਹ ਹੀ ਉਹਨਾਂ ਨੂੰ, ਸਾਡਾ ਨਾਕਾ ਸੀਗਾ ਨੰਦਾ ਫਿਲਿੰਗ ਸਟੇਸ਼ਨ ਦੇ ਕੋਲ, ਹਰਮਿੰਦਰ ਸਿੰਘ ਹੁਣੀ ਖੁਦ ਸੀਗੇ ਉੱਥੇ, ਅਤੇ ਮਾਨਯੋਗ SSP ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਜੋ ਵੀ ਸਾਡੀ ਮੋਟਰ ਸੁਪਰਿੰਡੀ ਉਹ ਨਾਕੇ 'ਤੇ ਸੀਗੀ, ਅਸੀਂ ਉਹਨਾਂ ਨੂੰ ਵਿਦ ਕਾਰ ਇੱਕ ਯੂਨੀਫਾਰਮ ਜਿਹੜੀ ਕਿ ਇੱਕ ASI ਰੈਂਕ ਦੇ ਪੁਲਿਸ ਮੁਲਾਜ਼ਮ ਦੀ ਯੂਨੀਫਾਰਮ ਹੈ ਜਿਹੜੀ ਕਿ ਉਹ ਪਾ ਕੇ ਰੱਖਦੇ ਸੀਗੇ ਆਪਣੇ ਆਪ ਨੂੰ ਕਾਊਂਟਰਫੀਟ ਕਰਨ ਦੇ ਲਈ, ASI ਸਤਨਾਮ ਸਿੰਘ ਉਹਦੇ 'ਤੇ ਉਹਨਾਂ ਨੇ ਜੋ ਨੇਮ ਪਲੇਟ ਵਰਤੀ ਉਹ, ਉਹਨਾਂ ਦੀ ਸਮੇਤ ਉਹਨਾਂ ਦੀ ਗੱਡੀ ਔਰ 3100 ਰੁਪਇਆ ਕੈਸ਼ ਅਸੀਂ ਜੋ ਰਿਕਵਰ ਕੀਤਾ। ਪੁੱਛਗਿੱਛ ਦੇ ਦੌਰਾਨ ਜੋ ਮੁੱਢਲੀ ਪੜਤਾਲ ਹੈ ਉਹਦੇ 'ਚ ਉਹਨਾਂ ਨੇ ਪੁੱਛਗਿੱਛ 'ਚ ਇਹੀ ਕਿਹਾ ਕਿ ਜੋ 10,000 ਹੈ ਉਹਦੇ 'ਚੋਂ ਜੋ ਸੀਗਾ ਆਹ ਬਚਿਆ ਹੈ ਜੀ, ਬਾਕੀ ਅਸੀਂ ਪੈਸਾ ਜਿਹੜਾ ਉਹ ਖਰਚ ਕਰ ਲਿਆ, ਉਹ ਨਸ਼ਾ ਵਗੈਰਾ 'ਚ ਕੀਤਾ ਕਾਹਦੇ 'ਚ ਕੀਤਾ ਉਹ ਲੇਟਰ ਔਨ ਅਸੀਂ ਦੇਖ ਰਹੇ ਹਾਂ। ਇਹ ਸਾਰੀ ਕਹਾਣੀ ਸੀ। ਇਹ ਤੋਂ ਬਿਨਾਂ ਇਹਨਾਂ ਨੇ ਲੁਧਿਆਣੇ ਦੇ ਵਿੱਚ ਖੰਨੇ ਦੇ ਵਿੱਚ ਔਰ ਸਮਰਾਲਾ ਇਹ ਏਰੀਆ ਸਾਰਾ ਜਿੰਨਾ ਹੈਗਾ ਇਸ ਦੇ ਵਿੱਚ ਘੱਟੋ ਘੱਟ 30-35 ਵਾਰਦਾਤਾਂ ਦੇ ਕਰੀਬ ਇਹਨਾਂ ਨੇ ਟੋਟਲ ਕੀਤੀਆਂ। 4 ਬੰਦਿਆਂ ਦਾ ਗਿਰੋਹ ਹੈ ਜੀ ਇਹ, ਜੋ ਸਾਡੀ ਇਨਫੋਰਮੇਸ਼ਨ ਗੁਰਿੰਦਰਪਾਲ ਸਿੰਘ ਹੁਣਾਂ ਦੀ ਦਰਖਾਸਤ ਤੋਂ ਜੋ ਸਾਨੂੰ ਲੱਗਿਆ। ਲੇਟਰ ਉਹਨਾਂ ਦੇ ਵਿੱਚ ਹੋਰ ਕਿੰਨੇ ਮੁਲਜ਼ਮ ਹੈਗੇ ਆ ਜਾਂ ਕਿੰਨਾ ਇਹਨਾਂ ਦੇ ਸਹਿਯੋਗੀ ਜਾਂ ਕਿੰਨੇ ਗੈਂਗਸ ਹੈ ਇਹ ਟੋਟਲ, ਅਤੇ ਉਹ ਅਸੀਂ ਲੇਟਰ ਔਨ ਤਫਤੀਸ਼ ਦੇ ਵਿੱਚ ਕਰਾਂਗੇ। ਉਹ ਅਸੀਂ ਹਲੇ ਪੁੱਛ ਪੜਤਾਲ ਕਰਾਂਗੇ। ਹਾਂ, ਅਸੀਂ ਹਲੇ ਇਹਨਾਂ ਨੂੰ ਪੇਸ਼ ਕਰਕੇ ਮਾਨਯੋਗ ਅਦਾਲਤ ਦੇ ਵਿੱਚ, ਤੁਹਾਨੂੰ ਦੱਸਿਆ ਆਲਰੇਡੀ ਨਾਕੇ ਤੋਂ ਨੰਦਾ ਫਿਲਿੰਗ ਸਟੇਸ਼ਨ ਹੁਣ ਤੱਕ 4 ਬੰਦੇ ਅਰੈਸਟ ਹੋ ਚੁੱਕੇ ਜਿਹੜੇ ਉਸ ਦਰਖਾਸਤ ਦੇ ਵਿੱਚ ਸੀਗੇ। ਗੁਰਿੰਦਰਪਾਲ ਸਿੰਘ ਹੁਣਾਂ ਦੀ ਦਰਖਾਸਤ ਦੇ ਮੁਤਾਬਕ 4 ਜਣੇ ਸੀਗੇ। ਉਹ ਅਸੀਂ ਲੈ ਰਹੇ ਹਾਂ NDPS ਐਕਟ ਦੇ ਵੀ ਇਹਨਾਂ ਦੇ ਪਰਚੇ ਹੈਗੇ ਆ 9, ਅਤੇ ਇੱਦਾਂ ਦੀਆਂ ਵਾਰਦਾਤਾਂ 30-35 ਮੰਨ ਚੁੱਕੇ, 9-10 ਇਹਨਾਂ ਦੇ ਪਰਚੇ ਆਲਰੇਡੀ ਹੈ ਵੀ ਗਏ। ਬਾਕੀ ਅਸੀਂ ਜਿਹੜੇ ਸਾਡੇ ਐਡਜੋਇਨਿੰਗ ਡਿਸਟ੍ਰਿਕਟਸ ਨੇ ਅਸੀਂ ਉਹਨਾਂ ਨਾਲ ਤਾਲਮੇਲ ਵੀ ਕਰਾਂਗੇ, ਇੱਦਾਂ ਦੀ ਅਗਰ ਕੋਈ ਪਹਿਲਾਂ ਉਹਨਾਂ ਦੀ ਕੋਈ ਘਟਨਾ ਹੋਈ ਹੈ ਤਾਂ ਸਾਨੂੰ ਉਹਦਾ ਡਾਟਾ ਵਗੈਰਾ ਉਹ ਦੇ ਦੇਣ, ਜਾਂ ਉਹਨਾਂ ਕੋਲ ਕੋਈ CCTV ਫੁਟੇਜ ਵਗੈਰਾ ਪਈ ਹੋਵੇ ਤਾਂ ਅਸੀਂ ਉਹਨਾਂ ਬੰਦਿਆਂ ਦਾ ਜੋ ਫੇਸ ਹੈ ਉਹਨਾਂ ਦਾ ਮਿਲਾਨ ਕਰ ਸਕੀਏ। 24-170-171-120-B IPC ਦੇ ਅਧੀਨ ਅਸੀਂ 131 ਨੰਬਰ FIR ਹੈ ਜਿਹੜੀ ਉਹ ਇਹਨਾਂ ਦੇ ਅਗੇਂਸਟ ਥਾਣਾ ਸਰਹੰਦ ਦੇ ਵਿੱਚ ਅਸੀਂ ਦਰਜ ਕੀਤੀ ਹੈ। ਮੁੱਢਲੀ ਤਫਤੀਸ਼ ਅਸੀਂ ਜੋ ਤੁਹਾਨੂੰ ਦੱਸੀ ਦਿੱਤੀ ਹੈ, ਜੋ ਫੈਕਟ ਆਏ ਹੈ ਤੁਹਾਡੇ ਸਾਹਮਣੇ, ਅਤੇ ਬਾਕੀ ਜਿਹੜੀ ਫਰਦਰ ਤਫਤੀਸ਼ ਹੈ ਉਹਦੇ 'ਚ ਜਿਵੇਂ ਜਿਵੇਂ ਤੱਥ ਮੂਹਰੇ ਉੱਗਰਨਗੇ ਅਸੀਂ ਉਹ ਤੁਹਾਨੂੰ ਸ਼ੇਅਰ ਕਰਾਂਗੇ। ਜਿਹੜੀ ਸਾਡੀ ਰਿਕਵਰੀ ਹੋਈ ਹੈ ਇੱਕ ਹੈਰੋਇਨ ਦੀ, 35 ਗ੍ਰਾਮ ਹੈਰੋਇਨ ਅਸੀਂ ਰਿਕਵਰ ਕੀਤੀ ਹੈ। ਜੁਆਇੰਟ ਨਾਕਾਬੰਦੀ ਸੀਗੀ ਥਾਣਾ ਸਰਹੰਦ ਅਤੇ CIA ਫਤਿਹਗੜ੍ਹ ਸਾਹਿਬ ਦੀ, ਮਾਨਯੋਗ SSP ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਜੋ ਵੀ ਨਸ਼ੇ ਦੇ ਖਿਲਾਫ ਮੁਹਿੰਮ ਵਿੱਢੀ ਹੋਈ ਉਹਦੇ ਤਹਿਤ ਅਸੀਂ ਪਹਿਲਾਂ ਵੀ ਜੁਆਇੰਟ ਨਾਕਾਬੰਦੀ CIA ਦੇ ਨਾਲ ਕਰਦੇ ਹਾਂ, ਅਤੇ ਇਸ ਨਾਕਾਬੰਦੀ ਦੇ ਦੌਰਾਨ ਸਾਨੂੰ ਗੁਰਿੰਦਰ ਸਿੰਘ ਹੈ ਰੈਲੋਂ ਦਾ, ਬਸੀ ਪਠਾਣਾ ਥਾਣੇ 'ਚ ਪੈਂਦਾ, ਉਹਦੇ ਕੋਲੋਂ ਅਸੀਂ 35 ਗ੍ਰਾਮ ਹੈਰੋਇਨ ਹੈ ਜਿਹੜੀ ਉਹ ਰਿਕਵਰ ਕੀਤੀ ਹੈ। ਹਾਂਜੀ, ਅਤੇ ਪਰਚਾ ਦਰਜ ਕਰ ਲਿਆ ਗਿਆ, 130 ਨੰਬਰ FIR ਹੈ। ਇਹ ਹਲੇ ਅਸੀਂ ਅਸਰਟਨ ਕਰਨਾ ਜੀ ਕਿ ਉਹ ਕਿੱਥੋਂ ਲੈ ਕੇ ਆ ਰਹੇ ਹਾਂ।